ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸਦੇ ਚੱਲਦਿਆਂ ਹੀ ਪੁਲਿਸ ਨੇ ਨਾਕੇ ਤੇ ਇੱਕ ਗੱਡੀ ਨੂੰ ਰੋਕਿਆ, ਜਿਸ ਦੇ ਵਿੱਚ ਕਰੀਬ 32 ਪੇਟੀ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਸ ਸੰਬੰਧ ਜਾਣਕਾਰੀ ਦਿੰਦਿਆਂ SSP ਪਠਾਨਕੋਟ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮਿਰਥਲ ਦੇ ਕੋਲ ਨਾਕਾ ਲਾਇਆ ਸੀ ਤੇ ਨਾਕੇ ਦੌਰਾਨ ਹੁਸ਼ਿਆਰਪੁਰ ਵੱਲੋਂ ਆ ਰਹੀ ਗੱਡੀ ਦੀ ਜਦੋਂ ਜਾਂਚ ਕੀਤੀ ਤਾਂ ਇਹ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ। ਬਿਊਰੋ ਰਿਪੋਰਟ, ਸਿਟੀ ਹੋਮ। ਮਾਨਯੋਗ ਇਲੈਕਸ਼ਨ ਕਮਿਸ਼ਨ, ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਡਾਇਰੈਕਸ਼ਨਸ ਦੀ ਕੰਪਲਾਈਂਸ ਦੇ ਤਹਿਤ ਕੱਲ ਪਠਾਨਕੋਟ ਪੁਲਿਸ ਨੇ ਮੀਰਥਲ ਨਾਕੇ ਦੇ ਕੋਲ ਇੱਕ ਵਹੀਕਲ ਕੋ ਇੰਟਰਸੈਪਟ ਕਰ ਲਿਆ ਐਂਡ ਉਹਦੇ ਵਿੱਚ ਕਰੀਬਨ 32 ਜਿਹੜੇ ਬੋਕਸਿਸ ਹੈ IMFL ਦੇ ਰਿਕਵਰ ਹੋਏ, ਵਿੱਚ ਕੰਸਟੀਟਿਊਟਡ ਅਰਾਊਂਡ 400 ਬੋਟਲਸ ਆਫ ਐਲਕੋਹਲ ਐਂਡ ਇਹ ਬੇਸਿਕਲੀ ਹੁਸ਼ਿਆਰਪੁਰ ਤੋਂ ਟਰਾਂਸਪੋਰਟ ਕੀਤਾ ਜਾ ਰਿਹਾ ਸੀਗਾ ਟੂਵਰਡਸ ਪਠਾਨਕੋਟ ਵੈਨ ਦਾ ਕੰਸਾਈਨਮੈਂਟ ਵਾਜ਼ ਇੰਟਰਸੈਪਟਡ ਐਂਡ ਫੋਲੋਇੰਗ ਦਿਸ ਵਨ FIR ਬੇਰਿੰਗ ਨੰਬਰ 16 ਵਾਜ਼ ਰਜਿਸਟਰਡ ਅੰਡਰ ਸੈਕਸ਼ਨ 61 ਆਫ ਐਕਸਾਈਜ਼ ਐਕਟ ਅਲੋਂਗ ਵਿਦ ਸੈਕਸ਼ਨਸ ਆਫ 420 ਐਂਡ ਸੈਕਸ਼ਨਸ ਆਫ ਫੋਰਜਰੀ ਆਫ IPC ਇਨ ਪੁਲਿਸ ਸਟੇਸ਼ਨ ਨੰਗਲਪੁਰ। ਤਾਂ ਇਹਦੇ ਵਿੱਚ 7 ਜਿਹੜੇ ਹੈਗੇ ਨੇ ਮੁਲਜ਼ਮ ਹੈਗੇ ਨੇ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਹੋਇਆ ਐਂਡ ਇੰਪੋਰਟੈਂਟਲੀ ਇਹਦੇ ਵਿੱਚ ਚੇਨ ਦੇ ਵਿੱਚ ਸਾਰੇ ਜਿੰਨੇ ਵੀ ਮੁਲਜ਼ਮ ਹੈਗੇ ਨੇ ਰਾਈਟ ਫਰੋਮ ਜਿਹੜਾ ਕਰਿੰਦਾ ਸੀਗਾ ਐਂਡ ਜਿਹੜਾ ਡਰਾਈਵਰ ਸੀਗਾ ਜਿਹੜਾ ਟਰਾਂਸਪੋਰਟਰ ਸੀਗਾ ਅਪ ਟਿਲ ਦਾ ਪਰਸਨ ਜਿਹੜਾ ਉਹ ਠੇਕੇਦਾਰ ਸੀਗੇ ਉਹਨਾਂ ਦੇ ਬਰਖਿਲਾਫ ਇਹ ਮੁਕੱਦਮਾ ਦਰਜ ਹੋਇਆ। ਸੋ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਸ਼ਰਾਬ ਤਸਕਰੀ ਦਾ ਜਿਹੜਾ ਹੈਗਾ ਇਹ ਸਿਸਟਮ ਵੀ ਵੋਂਟ ਟੋਲਰੇਟ ਇਟ ਐਟ ਐਨੀ ਕਾਸਟ ਐਂਡ ਜਿਹੜੀ ਵੀ ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਡਾਇਰੈਕਸ਼ਨਸ ਹੈਗੀਆਂ ਵਿਲ ਕੰਪਲਾਈ ਵਿਦ ਦੈਟ ਐਂਡ ਸੋ ਵੀ ਵੋਂਟ ਟੋਲਰੇਟ ਦਿਸ। ਥੈਂਕ ਯੂ। ਜੈ ਹਿੰਦ।